दोस्तों, आज 23 अगस्त है और आज है वर्ल्ड स्लेव ट्रेड एबोलिशन डे। जी हाँ, अक्सर पुराने समय दे विच तुसी सुनिया होना कि राजे महाराजे हुंदे सी और गुलाम खरीदे जांदे सी, वेचे जांदे सी और उन्हां नूं कोई भी मजदूरी नहीं दित्ती जांदी सी। कारण यह भी सी कि जो भी कोई राजा किसी राज नूं, किसी जिले नूं या किसी देश नूं जितदा सी ते उत्थों दी जिन्नी जनता जिहड़ी हुंदी सी या प्रजा हुंदी सी या जो राजे या महाराजा दे जिहड़े नौकर हुंदे सी उन्हां नूं गुलाम बना लिया जांदा सी। इत्थों तक कि राणियां नूं भी गुलाम बना लिया जांदा सी ते बस फिर उन्हां नूं गुलाम बना के एक राजे तो दूजे राज दे विच जिहड़ा वेच दित्ता जांदा सी और बिना पैसे दित्ते उन्हां दे कोलों गुलामी करवाई जांदी सी, काम करवाया जांदा सी और उन्हां नूं कोई भी खर्चा या कह लो कि खाण पीण नूं रोटी या पानी बिल्कुल नहीं दित्ता जांदा सी। हौली हौली समा बदलिया और टाइम जिदा जिदा चेंज हुंदा गया, राज चेंज हुंदा गया, सरकारां आ गईयां, डेमोक्रेसी आ गई, तां इह सब कुछ खत्म होना लाजमी भी सी और ह्यूमन राइट्स दी मदद दे नाल मनुखी अधिकारां दे बारे लोकां नूं जाणू करवाया गया और ਉਹਨਾਂ ਨੂੰ ਇਸ ਚੀਜ਼ ਦੇ ਵਿੱਚੋਂ ਬਾਹਰ ਕੱਢਿਆ ਗਿਆ। ਪਰ ਫਿਰ ਵੀ ਅੱਜ ਕੱਲ ਦੀ ਜੇ ਗੱਲ ਕਰੀਏ ਤਾਂ ਚੋਰੀ ਛਿਪੇ ਕਿਤੇ ਨਾ ਕਿਤੇ ਸਾਰੇ ਕੰਮ ਹੁੰਦੇ ਨੇ। ਅਕਸਰ ਅਸੀਂ ਸੜਕਾਂ ਦੇ ਉੱਪਰ ਜਾਂ ਮੋੜਾਂ ਦੇ ਉੱਪਰ ਜਾਂ ਕੰਮ ਦੇ ਨਾਮ ਤੋਂ ਕਹਿ ਲਓ ਜਾਂ ਫਿਰ ਪੈਸੇ ਦੇ ਨਾਮ ਤੋਂ ਜਿਹੜਾ ਹੈ ਲੋਕਾਂ ਦੇ ਨਾਲ ਧੋਖਾ ਕੀਤਾ ਜਾਂਦਾ ਹੈ, ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਕੇ ਜਿਹੜਾ ਵੇਚਿਆ ਜਾਂਦਾ ਹੈ ਔਰ ਉਹਨਾਂ ਤੋਂ ਮਜ਼ਦੂਰੀ ਜਿਹੜੀ ਇਸ ਤਰ੍ਹਾਂ ਕਰਵਾਈ ਜਾਂਦੀ ਹੈ ਕਿ ਉਹਨਾਂ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਜਾਂਦਾ। ਅਕਸਰ ਆਏ ਦਿਨ ਅਸੀਂ ਦੇਖਦੇ ਹਾਂ ਕਿ ਇਹੋ ਜਿਹੇ ਕੇਸਿਸ ਜਿਹੜੇ ਨੇ ਨਿਊਜ਼ ਚੈਨਲ ਦੇ ਉੱਪਰ ਆਉਂਦੇ ਹੀ ਰਹਿੰਦੇ ਨੇ ਤੇ ਬਸ ਫਿਰ ਜਿਹੜਾ 23 ਅਗਸਤ ਹੈ ਜਿਸ ਨੂੰ ਮਨਾਉਣ ਦਾ ਮਨੋਰਥ ਹੀ ਇਹ ਹੈ ਕਿ ਲੋਕਾਂ ਨੂੰ ਗੁਲਾਮੀ ਤੋਂ ਰਹਿਤ ਜਿਹੜਾ ਜੀਵਨ ਬਤੀਤ ਕਰਵਾਇਆ ਜਾਵੇ, ਉਸੇ ਕਰਕੇ ਤੇ ਦਿਨ ਮਨਾਇਆ ਜਾਂਦਾ ਹੈ ਵਰਲਡ ਸਲੇਵ ਟ੍ਰੇਡ ਐਬੋਲਿਸ਼ਨ ਡੇ, ਤਾਂ ਜੋ ਇਸ ਚੀਜ਼ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇ। ਤੇ ਹੌਲੀ ਹੌਲੀ ਇਹ ਚੀਜ਼ਾਂ ਖਤਮ ਹੋ ਵੀ ਰਹੀਆਂ ਨੇ, ਲੋਕਾਂ ਦੇ ਵਿੱਚ ਜਾਗਰੂਕਤਾ ਆ ਵੀ ਰਹੀ ਹੈ ਤੇ ਉਮੀਦ ਕਰਦੇ ਹਾਂ ਕਿ ਇਨ ਫਿਊਚਰ ਵੀ ਜਿਹੜੇ ਲੋਕ ਨੇ ਉਹ ਜੇ ਉਪਰਾਲੇ ਕਰਦੇ ਰਹਿਣਗੇ ਕਿ ਮਨੁੱਖੀ ਅਧਿਕਾਰਾਂ ਦਾ ਕਿਤੇ ਵੀ ਘਾਣ ਨਾ ਹੋਵੇ। ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇਗਾ। ਫਿਲਹਾਲ ਦੇ ਲਈ ਮੈਨੂੰ ਜਸਪ੍ਰੀਤ ਨੂੰ ਦਿਓ ਇਜਾਜ਼ਤ, ਪਰ ਤੁਸੀਂ ਬਣੇ ਰਹੋ ਸੇਂਟ ਸੋਲਜਰ ਟਾਈਮਸ ਦੇ ਨਾਲ ਫੇਸਬੁੱਕ ਅਤੇ ਯੂਟਿਊਬ ਉੱਤੇ।